ਸਾਰਿਆਂ ਸਤਿ ਸ੍ਰੀ ਅਕਾਲ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਕਰਦੇ ਹਾਂ ਨਵੀਂ ਵੀਡੀਓ ਸ਼ੁਰੂਆਤ। ਅਸੀਂ ਹਾਂ ਜਿਸਨ ਨਰਸਰੀ ਦੇ, ਔਰ ਵੇਰਿਆਂ ਨੂੰ ਕਿਹੜੇ ਕਿਹੜੇ ਪਲਾਂਟਸ ਮਿਲ ਜਾਣਗੇ ਅਤੇ ਕਿਹੜੇ ਕਿਹੜੇ ਪੌਡ ਮਿਲ ਜਾਣਗੇ, ਇਹ ਪੁੱਛਦੇ ਹਾਂ ਕੀ ਪ੍ਰਾਈਸ ਹੋਏਗਾ ਭਾਈ ਕੋ। ਆਓ ਭਾਈ ਕੋ ਜਾਣਦੇ ਹਾਂ ਕਿਹੜੇ ਪਲਾਂਟਸ ਮਿਲ ਜਾਣਗੇ ਅਤੇ ਕੀ ਪ੍ਰਾਈਸ ਹੋਏਗਾ ਪਲਾਂਟਸ ਦਾ, ਅਤੇ ਉਹ ਸਾਨੂੰ ਗਮਲਿਆਂ 'ਚ ਕਈ ਵਰਾਇਟੀ ਮਿਲੇਗੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ ਬਾਈ ਜੀ? ਸਾਰੇ ਵਧੀਆ ਭਾਜੀ। ਪਹਿਲਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੀ ਨਰਸਰੀ ਵਿੱਚ, ਤੇ ਅਸੀਂ ਤੁਹਾਨੂੰ ਆਪਣੇ ਨਰਸਰੀ ਦੇ ਸਾਰੇ ਪਲਾਂਟ, ਪਲਾਸਟਿਕ ਪੋਟ ਵਗੈਰਾ ਸਾਰਾ ਕੁਝ ਦਿਖਾਵਾਂਗੇ ਇਹਦੇ ਵਿੱਚ। ਬਾਈ ਕਿਹੜੇ ਕਿਹੜੇ ਪਲਾਂਟਸ ਮਿਲ ਜਾਣਗੇ ਆਪਣੇ ਕੋਲ? ਸਾਡੇ ਕੋਲ ਜਿਹੜੇ ਭਾਜੀ ਨੇ ਸੀਜ਼ਨਲ ਫਲਾਵਰਸ ਵੀ ਮਿਲ ਜਾਣਗੇ, ਪਰਮਾਨੈਂਟ ਫਲਾਵਰ ਪਲਾਂਟ ਵੀ ਮਿਲ ਜਾਣਗੇ, ਪਾਮ ਦੇ ਬੂਟੇ ਵੀ ਤੁਹਾਨੂੰ ਵੱਡੇ ਵੱਡੇ ਮਿਲ ਜਾਣਗੇ, ਇਹਨਾਂ ਤੋਂ ਇਲਾਵਾ ਜਿਹੜੇ ਵੈਜੀਟੇਬਲ ਦੇ ਹੁੰਦੇ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ, ਤੇ ਪਲੱਸ ਫਰੂਟ ਪਲਾਂਟ ਦੇ ਬੂਟਿਆਂ ਦੇ ਨਾਲ ਨਾਲ ਤੁਹਾਨੂੰ ਫਰੂਟ ਦੀ ਗਰੰਟੀ ਵੀ ਮਿਲੇਗੀ। ਕਿੰਨੇ ਸਟਾਰਟ ਹੋਏ ਨੇ ਬਾਈ ਪਲਾਂਟਸ ਆਪਣੇ ਕੋਲ? ਜਿਹੜੇ ਸਰ ਸਾਡੇ ਕੋਲ ਵੈਜੀਟੇਬਲ ਨੇ ਉਹ 3 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ, ਬਾਕੀ ਉਹਦੇ ਵਿੱਚ ਮੈਕਸਿਮਮ ਬੂਟਾ 10 ਰੁਪਏ ਤੱਕ ਜਾਂਦਾ ਜੇ, ਤੇ ਜਿਹੜੇ ਆਮ ਪਰਮਾਨੈਂਟ ਪਲਾਂਟ ਦੀ ਵੈਰਾਈਟੀ ਤੁਸੀਂ ਦੇਖ ਹੀ ਰਹੇ ਜੇ, ਇਹਦੇ ਵਿੱਚ ਜਿਹੜੀ ਸਟਾਰਟਿੰਗ ਹੈਗੀ ਜੇ 50 ਦੇ ਵਿੱਚ ਆਉਂਦੀ ਹੈ ਜੀ। ਤੇ ਡੈਕੋਰੇਸ਼ਨ ਪਲਾਂਟ ਵੀ ਮਿਲ ਜਾਣਗੇ ਆਪਣੇ ਕੋਲ? ਡੈਕੋਰੇਸ਼ਨ ਪਲਾਂਟ ਵੀ ਭਾਈ ਤੁਹਾਨੂੰ ਸਾਰੇ ਮਿਲ ਜਾਣਗੇ। ਤੇ ਫਰੂਟ ਦੇ ਪਲਾਂਟ ਦੇ ਭਾਈ ਕੀ ਸਟਾਰਟਿੰਗ ਦਾ ਪ੍ਰਾਈਸ? ਫਰੂਟ ਦੇ ਪਲਾਂਟ ਦੀ ਭਾਈ ਸਟਾਰਟਿੰਗ ਤੁਹਾਨੂੰ 100 ਰੁਪਏ ਤੋਂ ਹੋਏਗੀ, ਬਾਕੀ ਇਹਦੇ ਵਿੱਚ ਬੂਟਾ ਜਿਹੜਾ ਹੋਏਗਾ 700-800 ਰੁਪਏ ਤੱਕ ਦਾ ਵੀ ਜਾਏਗਾ। ਸਬਜ਼ੀਆਂ ਦੇ ਜਿਹੜੇ ਭਾਈ? ਸਬਜ਼ੀਆਂ ਦੇ ਬੂਟੇ ਭਾਈ 3 ਰੁਪਏ ਤੋਂ ਸ਼ੁਰੂਆਤ ਤੁਹਾਨੂੰ ਮਿਲੇਗੀ। ਸਟਾਰਟ ਹੋ ਜਾਂਦੀ? ਹਾਂਜੀ, 3 ਰੁਪਏ ਤੋਂ ਸਟਾਰਟ ਮਿਲੇਗੀ। ਤੇ ਗਮਲਿਆਂ ਦਾ ਭਾਈ ਕੀ ਸਟਾਰਟ ਹੁੰਦਾ ਪ੍ਰਾਈਸ? ਗਮਲਿਆਂ ਦਾ ਸਰ ਜਿਹੋ ਜਿਹਾ ਮਟੀਰੀਅਲ ਲਓਗੇ ਉਦਾਂ ਦਾ ਤੁਹਾਨੂੰ ਪ੍ਰਾਈਸ ਮਿਲ ਜਾਏਗਾ। ਵੈਸੇ ਸਾਡੇ ਕੋਲ ਜਿਹੜਾ ਹੈਗਾ ਜੀ 22 ਰੁਪਏ 28 ਰੁਪਏ ਤੋਂ ਪਲਾਸਟਿਕ ਦਾ ਛੋਟਾ ਸਾਈਜ਼ ਸ਼ੁਰੂ ਹੋ ਜਾਂਦਾ ਜੀ। ਦਿਖਾਓਗੇ ਭਾਈ? ਹਾਂਜੀ ਭਾਜੀ, ਆ ਜਾਓ ਦੇਖੇ। ਆ ਜਾਓ ਭਾਜੀ ਅੰਦਰ। ਇਹ ਸਾਡਾ ਪਹਿਲਾ ਇੱਕ ਹੈਗਾ ਜੀ ਰੂਮ, ਜਿਹਦੇ ਵਿੱਚ ਤੁਹਾਨੂੰ ਸੈਰਾਮਿਕ ਦੇ ਵੀ ਮਿਲ ਜਾਣਗੇ ਕੁਝ ਨਵੇਂ ਡਿਜ਼ਾਈਨ, ਜਿਵੇਂ ਆ ਵਾਲੇ ਆ ਬੋਲ ਲਿਆ ਹੈਂਡ ਪੇਂਟਿੰਗ ਟਾਈਪ ਆਏਗਾ ਇਹਦੇ ਵਿੱਚ, ਕਹਿ ਲਓ ਕਾਫੀ ਰੇਅਰ ਹੀ ਆ ਜਾਂਦਾ, ਘੱਟ ਹੀ ਮਿਲਦੇ ਨੇ ਇਹਦੇ ਪੀਸਸ। ਹਾਂਜੀ ਹਾਂਜੀ ਭਾਈ, ਬਹੁਤ ਸੋਹਣੇ ਬਾਕੀ ਨਾਲ ਇਲਾਵਾ ਤੁਹਾਨੂੰ ਹੈਂਗਿੰਗ ਦੀਆਂ ਛੋਟੀਆਂ ਬਕਟ ਮਿਲ ਜਾਣਗੀਆਂ, ਫਿਰ ਇਹਦੇ ਵਿੱਚ ਤੁਹਾਨੂੰ ਵੱਡੀਆਂ ਮਿਲ ਜਾਣ। ਇਹਨਾਂ ਦੇ ਵਿੱਚ ਜਿਹੜਾ ਗਾਰਡਨਸ ਨੀਡ ਦਾ ਪਲਾਂਟਰ ਹੋਏਗਾ, ਅੱਜ ਕੱਲ ਮਾਰਕੀਟ ਦੇ ਵਿੱਚ ਬੜੇ ਡੁਪਲੀਕੇਟ ਪਲਾਂਟਰ ਮਿਲਦੇ ਆ, ਹਾਂਜੀ ਹਾਂਜੀ, ਇਹਨਾਂ ਦੀ ਪ੍ਰੋਪਰਲੀ ਕਹਿ ਲਓ ਪਲਾਸਟਿਕ ਜਿਹੜੀ ਹੋਏਗੀ ਵਧੀਆ ਹੋਏਗੀ, ਤੇ ਪਲੱਸ ਇਹ ਪੂਰਾ ਹੰਡੇਗਾ ਤੁਹਾਡਾ। ਇਹ ਨਹੀਂ ਹੋਏਗਾ ਕਿ ਤੁਸੀਂ ਇੱਥੇ ਹੁਣ ਜਿਵੇਂ ਆ 70 ਰੁਪਏ ਦਾ ਆਉਂਦਾ ਸਟਾਰਟਿੰਗ, ਇਹ ਨਹੀਂ ਹੋਏਗਾ ਕਿ ਤੁਸੀਂ 70 ਰੁਪਏ ਲਾਏ ਤੁਹਾਡੇ ਵੇਸਟ ਚੱਲ ਗਏ, ਇਹ ਤੁਹਾਡੇ ਪੂਰੇ ਪੈਸੇ ਜਿਹੜੇ ਵਸੂਲੇ ਜਾਣਗੇ, ਫਿਰ ਜਾ ਕੇ ਕਿਤੇ ਇਹਨਾਂ ਦਾ ਰੰਗ ਉਤਰੇਗਾ ਜਾਂ ਕ੍ਰੈਕ ਹੋਏਗਾ ਹੌਲੀ ਹੌਲੀ। ਮਟੀਰੀਅਲ ਵਾਈਜ਼ ਇਹ ਕਾਫੀ ਵਧੀਆ ਆਣਗੇ। ਪਲਾਸਟਿਕ ਦਾ ਜਿਹੜਾ ਸਾਡੇ ਕੋਲ ਸਾਰਾ ਸਟਾਕ ਹੁੰਦਾ ਜੀ, ਟੋਟਲੀ ਅਸੀਂ ਗਾਰਡਨਸ ਨੀਡ ਦਾ ਰੱਖੀਦਾ ਜੀ, ਕਿਉਂਕਿ ਉਹਨਾਂ ਦਾ ਜਿਹੜਾ ਪਲਾਸਟਿਕ ਹੁੰਦਾ ਜੀ ਸਭ ਤੋਂ ਵਧੀਆ ਆਉਂਦਾ ਜੀ। ਬਾਕੀ ਇਸ ਤੋਂ ਇਲਾਵਾ ਇੱਕ ਆਹ ਵਾਲੇ ਤੁਸੀਂ ਦੇਖ ਲਓ ਭਾਈ, ਇਹਨਾਂ ਦਾ ਕੀ ਪ੍ਰਾਈਸ ਹੈਗਾ? ਛੋਟੇ ਗਮਲੇ ਦੇ ਬੜੇ? ਇਹਨਾਂ ਦੇ ਵਿੱਚ ਸਰ ਜਿਹੜਾ ਇਹ ਮਾਰਬਲ ਪੋਟ ਦੇ ਵਿੱਚ ਚੱਲਦਾ ਹੈ। ਹਾਂਜੀ, ਮਾਰਬਲ ਚ ਆਉਂਦਾ ਇਹਨਾਂ ਦੀ, ਆਹ ਕਢਾਈ ਵਗੈਰਾ ਵੀ ਤੁਸੀਂ ਵੇਖ ਸਕਦੇ ਹੋ, ਨਾਲ ਇਹਨਾਂ ਦੀ ਮੈਚਿੰਗ ਦੀ ਟ੍ਰੇ ਵੀ ਮਿਲਦੀ ਜੇ। ਇਹਨਾਂ ਦੀ ਸਰ ਜਿਹੜੀ ਸਟਾਰਟਿੰਗ ਹੁੰਦੀ ਸੀ ਨਾ ਇਸ ਪਲਾਂਟਰ ਦੀ, ਇਹ 300 ਰੁਪਏ ਤੋਂ ਆ ਜਾਂਦੀ ਡੈਕੋਰੇਸ਼ਨ ਲਈ। ਹਾਂਜੀ ਡੈਕੋਰੇਸ਼ਨ, ਹਾਂਜੀ ਮੈਂ ਤੁਹਾਨੂੰ ਹੋਰ ਦਿਖਾਉਣਾ ਚਾਹੁੰਦਾ। ਇਹ ਜਿਹੜੇ ਆਣਗੇ ਅਜੇ ਪਿੱਛੇ ਹੋਏ, ਇਹ ਬੁੱਧਾ ਫੇਸ ਆਏਗਾ ਪਲਾਸਟਿਕ ਦੇ ਵਿੱਚ, ਇਹ ਵੀ ਰਹੇਗਾ, ਔਰ ਪ੍ਰਾਈਸਿੰਗ ਇਹਨਾਂ ਦੀ ਵੀ ਕਾਫੀ ਘੱਟ ਰਹੇਗੀ। ਜਿਹੜਾ ਤੁਹਾਡੀ ਇਹ ਵੀਡੀਓ ਵੇਖ ਕੇ ਆਏਗਾ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੇਗਾ, ਗਾਰਡਨਸ ਨੀਡ ਦੇ ਉੱਪਰ 15% ਡਿਸਕਾਊਂਟ ਜਿਹੜਾ ਸਾਡੇ ਵੱਲੋਂ ਦਿੱਤਾ ਜਾਏਗਾ ਭਾਈ। ਇਹ ਜਿਹੜਾ ਕਿਸੇ ਨੇ ਆਣਾ ਦੀ ਵਿਜ਼ਿਟ ਕਿੱਥੇ ਕਰੇ, ਕਿ ਐਡਰੈਸ ਕੀ ਹੋਊਗਾ? ਜਿਹੜਾ ਭਾਈ ਸਾਡਾ ਐਡਰੈਸ ਹੈਗਾ ਜੀ, ਤੁਸੀਂ ਮੇਨ ਜੀਟੀ ਰੋਡ ਤੋਂ ਜਦੋਂ ਆਓਗੇ ਨਾ ਤਾਂ ਰਸਤੇ ਵਿੱਚ ਤੁਹਾਨੂੰ ਦਬੁਰਜੀ ਮਿਲੇਗਾ, ਸਭ ਤੋਂ ਪਹਿਲਾਂ ਗੋਲਡਨ ਗੇਟ ਕ੍ਰਾਸ ਕਰਦੇ ਆ ਦਬੁਰਜੀ ਆਏਗਾ। ਹਾਂਜੀ, ਉਸ ਤੋਂ ਬਾਅਦ ਜਿਹੜਾ ਹੈਗਾ ਜੀ ਸਾਡੀ ਜਿਹੜੀ ਨਰਸਰੀ ਗੀ ਨਾਮ ਜੀਸਨ ਨਰਸਰੀ, ਸਾਡੇ ਜਿਹੜਾ ਲਾਗਲਾ ਪੈਂਦਾ ਜੇ ਇਧਰਲੀ ਸਾਈਡ ਪੈਂਦਾ ਹੈ ਭਾਰਤ ਮਾਰਬਲ ਐਂਡ ਗ੍ਰੇ ਨਾਈਟ, ਇਸ ਤੋਂ ਇਲਾਵਾ ਇਧਰਲੀ ਸਾਈਡ ਜਿਹੜਾ ਪੈਂਦਾ ਜੇ ਭਗਤ ਪੂਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਗਲਵਾੜਾ ਹੈਗਾ ਜੀ, ਸਾਡੇ ਓਪੋਜ਼ਿਟ ਹੈਵਨ ਸਿਟੀ ਕਲੋਨੀ ਹੈਗੀ ਜੀ। ਫੋਨ ਨੰਬਰ ਕੀ ਆ ਜੂਗਾ ਭਾਈ? ਫੋਨ ਨੰਬਰ ਭਾਈ ਜਿਹੜਾ ਹੈਗਾ ਜੀ ਤੁਸੀਂ ਆਪਣਾ ਨੋਟ ਕਰ ਲਓ ਸਾਰੇ ਜਣੇ, 7347481926। ਤੁਹਾਨੂੰ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਜੀ, ਪੰਜਾਬੀ 'ਚ ਆਪਣਾ 7347481926। ਤੁਸੀਂ ਜਦੋਂ ਮਰਜ਼ੀ ਇੱਥੇ ਫੋਨ ਵੀ ਕਰ ਸਕਦੇ ਜੀ, ਪੁੱਛ ਸਕਦੇ ਸਾਰਾ ਕੁਝ। ਜੇ ਭਾਈ ਕਿਸੇ ਨੇ ਕੋਠੀ 'ਚ ਲਗਵਾਉਣੇ ਹੁੰਦੇ ਆਪਣਾ ਮਾਲੀ ਭੇਜੋਗੇ? ਮਾਲੀ ਵੀ ਭੇਜ ਦਾਂਗੇ ਭਾਜੀ, ਜੋ ਵੀ ਉਹਦਾ ਆਏਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ, ਜੋ ਹੋਏਗਾ ਮੌਕੇ ਦਾ। ਹਾਂਜੀ, ਤੁਹਾਨੂੰ ਮੈਂ ਇੱਕ ਹੋਰ ਰੂਮ ਦਿਖਾਉਣਾ ਜੀ ਪਲਾਸਟਿਕ ਦਾ, ਉਹ ਵੀ ਤੁਸੀਂ ਦੇਖ ਲਓ। ਆ ਜਾਓ
ਬਾਕੀ ਤੁਸੀਂ ਪਲਾਂਟ ਵੇਖ ਹੀ ਸਕਦੇ, ਤੁਹਾਨੂੰ ਸਾਰੇ ਤਰ੍ਹਾਂ ਦੇ ਮਿਲ ਜਾਣਗੇ, ਦਫਨ ਬੀਚ ਜਾਂ ਕਰੋਟਨ, ਇਹਨਾਂ ਦੀ ਵੀ ਜਿਹੜੀ ਸਰ ਪ੍ਰਾਈਜ਼ਿੰਗ ਛੋਟੇ ਬੂਟਿਆਂ ਦੀ 70 rupees ਤੋਂ ਤੁਹਾਨੂੰ ਮਿਲ ਜਾਏਗੀ। ਅਤੇ ਬਾਈ ਇੱਧਰ ਕਿਹੜੇ ਪਲਾਂਟਸ ਆ ਜਾਣਗੇ? ਇੱਧਰ ਸਰ ਜਿਹੜਾ ਹੈਗਾ ਇਹ ਸਾਡੇ ਕੋਲ ਮਿਲ ਜਾਏਗਾ ਤੁਹਾਨੂੰ ਸਾਰਾ ਹੀ ਵੈਜੀਟੇਬਲ ਪਲਾਂਟ ਦਾ ਡਿਸਪਲੇ ਕੀਤੀ ਹੋਈ, ਪਲੱਸ ਰੇਟ ਵੀ ਨਾਲ ਹੀ ਆਪਣੇ ਲਿਖੇ ਹੋਏ ਹੈਗੇ। ਬਾਕੀ ਤੁਹਾਨੂੰ ਫਲਾਂ ਦੇ ਜਿਹੜੇ ਹੈਗੇ ਨੇ ਵੱਡੇ ਵੱਡੇ ਬੂਟੇ ਵੀ ਮਿਲ ਜਾਣਗੇ, ਜਿਵੇਂ ਚੀਕੂ ਦਾ ਹੈਗਾ ਜੀ, ਇਹਨਾਂ ਤੋਂ ਇਲਾਵਾ ਤੁਹਾਨੂੰ ਅੰਬ ਵਗੈਰਾ ਮਿਲ ਜਾਣਗੇ, ਕਿੰਨੂ, ਮਸੰਮੀ, ਸੰਤਰਾ, ਮਾਲਟਾ, ਹਰ ਇੱਕ ਵਰਾਇਟੀ ਤੁਹਾਨੂੰ ਮਿਲ ਜਾਏਗੀ। ਕੋਈ ਵੀ ਵਰਾਇਟੀ ਚਾਹੀਦੀ ਹੋਏਗੀ ਤੁਸੀਂ ਸਾਡੇ ਕੋਲ ਆ ਸਕਦੇ ਜੀ, ਬੂਟੇ ਜਿਹੜੇ ਹੋਣਗੇ ਤੁਹਾਨੂੰ ਗਾਰੰਟੀ ਵਾਲੇ ਪਲੱਸ ਫੁੱਲੀ ਹਾਈਬ੍ਰਿਡ ਮਿਲਣਗੇ। ਖਾਦ ਵੀ ਮਿਲ ਜਾਏਗੀ? ਖਾਦ ਵੀ ਭਾਈ ਤੁਹਾਨੂੰ ਵਰਮੀ ਕੰਪੋਸਟ ਔਰਗੈਨਿਕ ਮਿਲ ਜਾਏਗੀ, ਉਹ ਵੀ ਅਸੀਂ ਆਪਣੀ ਤਿਆਰ ਕਰੀ ਦੀ, ਜਿਹਦਾ ਨਾਮ ਫਲੋਰੀਆ ਗ੍ਰੀਨ ਵਰਮੀ ਕੰਪੋਸਟ ਆਉਂਦਾ ਜੀ, ਸਾਡਾ ਆਪਣਾ ਪਲਾਂਟ ਹੋਏਗਾ ਇਹਦਾ। ਇਹਦੇ ਵਿੱਚ ਜਿਹੜੀ ਖਾਦ ਹੋਏਗੀ ਉਹ ਵੀ ਤੁਹਾਨੂੰ ਵਧੀਆ ਤਰੀਕੇ ਨਾਲ ਪਿਓਰਲੀ ਔਰਗੈਨਿਕ ਮਿਲੇਗੀ। ਤੇ ਭਾਈ ਜਿਹੜਾ ਪਾਣੀ ਹੁੰਦਾ ਹੈ ਬੂਟਿਆਂ ਨੂੰ ਰੈਗੂਲਰ ਦੇਣਾ ਪੈਂਦਾ ਕਿ ਭਾਈ? ਆਪਾਂ ਸਭ ਤੋਂ ਮੇਨਲੀ ਜਿਹੜੀ ਗਲਤੀ ਕਰਦੇ ਇਹੀ ਕਰਦੇ ਵੀ ਅਸੀਂ ਉਹਨੂੰ ਰੂਟੀਨ ਵਾਈਜ਼ ਡੇਲੀ ਪਾਣੀ ਦੇਈਦਾ। ਸਾਨੂੰ ਜਿਹੜਾ ਪਾਣੀ ਹੈਗਾ ਜੀ ਉਹ ਕਦੀ ਵੀ ਡੇਲੀ ਨਹੀਂ ਦੇਣਾ ਚਾਹੀਦਾ। ਬੂਟੇ ਦੀ ਜਿਹੜੀ ਵੀ ਮੋਇਸਚਰਾਈਜ਼ਿੰਗ ਹੁੰਦੀ ਆ ਉਹਨੂੰ ਪਹਿਲਾਂ ਚੈੱਕ ਕਰੋ, ਜੇ ਮੋਇਸਚਰਾਈਜ਼ਿੰਗ ਘੱਟ ਗਈ ਫਿਰ ਤੁਸੀਂ ਉਹਨੂੰ ਪਾਣੀ ਦਿਓ, ਨਹੀਂ ਤੇ ਅਦਰਵਾਈਜ਼ ਉਹਨੂੰ ਲੋੜ ਹੀ ਨਹੀਂ ਹੈਗੀ ਪਾਣੀ ਦੀ। ਮਤਲਬ ਇੱਕ ਦਿਨ ਦਾ ਗੈਪ ਆ ਗਿਆ? ਹਾਂਜੀ, ਇੱਕ ਦਿਨ ਦਾ ਗੈਪ ਪਾ ਲਓ, ਜਾਂ ਕਈ ਮੌਕੇ ਮੌਸਮ ਠੰਡਾ ਆ ਜਾਂਦਾ ਤੇ ਹਫ਼ਤਾ 10 ਦਿਨ ਵੀ ਲੰਘ ਜਾਂਦੇ, ਜਿਵੇਂ ਹੁਣ ਅੱਗੇ ਗਰਮੀਆਂ ਆਣੀਆਂ। ਉਹਦੇ ਵਿੱਚ ਜਿਹੜਾ ਹੈਗਾ ਜੇ ਤੁਸੀਂ ਜੇ ਪਾਣੀ ਦੇਣਾ ਚਾਹੁੰਦੇ ਤਾਂ ਸਭ ਤੋਂ ਵਧੀਆ ਟਾਈਮ ਹੈਗਾ ਜੀ ਸ਼ਾਮ ਦਾ, ਸ਼ਾਮ ਦੇ ਵੇਲੇ ਤੁਸੀਂ ਬੂਟਿਆਂ ਨੂੰ ਪਾਣੀ ਦਿਓ, ਕੋਈ ਕੰਪਲੇਂਟ ਨਹੀਂ ਆਏਗੀ। ਜੇ ਤੁਸੀਂ ਸਵੇਰੇ ਪਾਣੀ ਦਿੰਦੇ ਜੇ ਤਾਂ ਫਿਰ ਸਾਰਾ ਦਿਨ ਧੁੱਪ ਲੱਗਦੀ ਹੈ, ਜਿਹਦੇ ਕਾਰਨ ਬੂਟੇ ਨੂੰ ਜਿਹੜਾ ਹੈਗਾ ਚਮਾਸਾ ਵੀ ਵੱਜ ਜਾਂਦਾ ਤੇ ਕਈ ਬੂਟੇ ਜਿਹੜੇ ਪੀਲੇ ਪੈ ਕੇ ਸੜ ਵੀ ਜਾਂਦੇ ਨੇ। ਖਾਦ ਭਾਈ ਕਿੰਨੇ ਦਿਨਾਂ ਬਾਅਦ ਦੇਣੀ ਚਾਹੀਦੀ? ਖਾਦ ਭਾਈ ਜਿਹੜੀ ਹੁੰਦੀ ਹਰ ਬੂਟੇ ਨੂੰ ਜਿਹੜਾ ਹੁੰਦਾ ਜੀ ਆਪਣਾ ਮਹੀਨੇ ਬਾਅਦ ਚਾਹੀਦੀ ਹੁੰਦੀ ਜੀ, ਮਹੀਨੇ ਬਾਅਦ ਰੂਟੀਨ ਵਾਈਜ਼। ਹਾਂਜੀ, ਹਰ ਮਹੀਨੇ ਤੁਸੀਂ ਉਹਨੂੰ ਇੱਕ ਵਾਰੀ ਖਾਦ ਪਾ ਦਿਓ, ਗੋਡੀ ਕਰ ਦਿਓ, ਅਗਲੇ ਦਿਨ ਪਾਣੀ ਦੇ ਦਿਓ, ਤੁਹਾਡਾ ਬੂਟਾ ਜਿਹੜਾ ਗਰੋਥ ਹੋਏਗਾ ਵਧੀਆ ਚੱਲਦੀ ਰਹੇਗੀ ਉਹਦੀ। ਜੇ ਕਿਸੇ ਨੇ ਖਾਦ ਮੰਗਾਉਣੀ ਹੈ ਜਾਂ ਕੋਈ ਬੂਟੇ ਮੰਗਾਉਣੇ ਹੋਣ ਤੇ ਉਹਨੂੰ ਉਹਦਾ ਜਿਹੜਾ ਕਿਵੇਂ ਮੰਗਾ ਸਕਦਾ? ਆਨਲਾਈਨ ਭਾਈ ਫਿਰ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਨੇ, ਅਸੀਂ ਉਹ ਟਰਾਂਸਪੋਰਟੇਸ਼ਨ ਜਿਹੜਾ ਵੀ ਹੋਏਗਾ ਅਰੇਂਜ ਕਰਕੇ ਭਿਜਵਾ ਦਿੰਦੇ ਹਾਂ। ਤੇ WhatsApp ਨੰਬਰ ਬੋਲੋ ਭਾਈ ਕੀ ਹੋਏਗਾ? WhatsApp ਭਾਈ ਨੰਬਰ ਜਿਹੜਾ ਹੈਗਾ ਜੀ 7347484826, ਇੱਥੇ ਹੀ ਕਾਲਿੰਗ ਵੀ ਜੇ, WhatsApp ਵੀ ਜੇ, ਸਾਰਾ ਕੁਝ ਇੱਥੇ ਚੱਲਦਾ ਹੈ ਭਾਈ। ਹੁਣ ਕਿਹੜੇ ਭਾਈ ਦਿਖਾਓਗੇ ਬੋਰਡਸ ਤੁਹਾਨੂੰ? ਭਾਜੀ ਮੈਂ ਇਸ ਵਾਰ ਜਿਹੜਾ ਹੈਗਾ ਜੀ ਫਾਈਬਰ ਦੇ ਪਲੱਸ ਪਲਾਸਟਿਕ ਦਾ ਵਧੀਆ ਵਧੀਆ ਡਿਜ਼ਾਈਨ ਦਿਖਾਣਾ ਹੈ। ਇਹ ਜਿਹੜਾ ਭਾਜੀ ਸਾਡੇ ਕੋਲ ਹੈਗਾ ਜੀ ਸਾਹਮਣਾ ਸਟਾਕ ਹੈ, ਫਾਈਬਰ ਦਾ ਆਏਗਾ। ਹਾਂਜੀ, ਇਹ ਫਾਈਬਰ ਦਾ ਆਏਗਾ, ਇਹਨਾਂ ਦੀ ਕੁਆਲਿਟੀ ਜਿਹੜੀ ਹੋਏਗੀ ਕਾਫੀ ਵਧੀਆ ਹੋਏਗੀ, ਪਲੱਸ ਲਾਈਫ ਟਾਈਮ ਲਈ ਅਪੋਰਟ ਹੋ ਜਾਣਗੀ। ਬਾਕੀ ਇਹਨਾਂ ਤੋਂ ਇਲਾਵਾ ਜਿਵੇਂ ਤੁਸੀਂ ਆਹ ਵਾਲੇ ਦੇਖ ਰਹੇ ਜੀ, ਇਹ ਸਾਰਾ ਹੀ ਪਲਾਸਟਿਕ ਦਾ ਏ ਗ੍ਰੇਡ ਦਾ ਮਟੀਰੀਅਲ ਆਏਗਾ, ਇਹਨਾਂ ਦੀ ਲਾਈਫ ਵੀ ਜਿਹੜੀ ਉਹ ਕਾਫੀ ਹੋਏਗੀ, ਖਰਾਬ ਨਹੀਂ ਹੋਣਗੇ ਜਲਦੀ। ਇਹਨਾਂ ਤੋਂ ਇਲਾਵਾ ਤੁਹਾਨੂੰ ਪਲਾਸਟਿਕ ਦੇ ਵਿੱਚ ਸੈਕਿੰਡ ਦਾ ਵੀ ਮਿਲ ਜਾਏਗੀ, ਸੈਕਿੰਡ ਕੁਆਲਿਟੀ ਆਏਗੀ। ਇਹਨਾਂ ਦੀ ਵੀ ਜਿਹੜੀ ਲਾਈਫ ਹੁੰਦੀ ਜੇ ਫੁੱਲ ਸਨਲਾਈਟ ਦੇ ਵਿੱਚ ਘੱਟ ਤੋਂ ਘੱਟ ਜਿਹੜਾ ਚੱਲੇਗਾ ਆਪਣਾ 3 ਤੋਂ 4 ਸਾਲ ਆਰਾਮ ਨਾਲ ਚੱਲਣਗੇ। ਪ੍ਰਾਈਜ਼ਿੰਗ ਇਹਨਾਂ ਦੀ ਸਭ ਤੋਂ ਘੱਟ ਆਉਂਦੀ ਜੇ, ਇਹਨਾਂ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਵੇਖ ਸਕਦੇ 23-23 rupees ਤੋਂ ਪਲਾਂਟਰ ਜਿਹੜਾ ਸ਼ੁਰੂ ਹੋ ਜਾਂਦਾ 23 rupees ਤੋਂ ਸਟਾਰਟ ਹੋ ਜਾਂਦਾ ਭਾਜੀ। ਬਾਕੀ ਆਪਣਾ ਹੋਲਸੇਲ ਦਾ ਕੰਮ ਹੈ, ਰਿਟੇਲ ਕੰਮ ਹੈ ਆਪਣਾ ਭਾਜੀ, ਦੋਨੋਂ ਹੀ ਹੈਗਾ ਜੀ, ਜਿਹੜਾ ਹਾਂਜੀ ਦੋਨੋਂ ਚੀਜ਼ਾਂ ਹੀ ਤੁਹਾਨੂੰ ਮਿਲ ਜਾਣਗੀ। ਬਾਕੀ ਜਿਹੜਾ ਕੋਈ ਤੁਹਾਡੀ ਵੀਡੀਓ ਵੇਖ ਕੇ ਆਏਗਾ ਉਹਨੂੰ ਦੁਬਾਰਾ ਰਿਪੀਟ ਕਰ ਦੇਣਾ, 15% ਦਾ ਡਿਸਕਾਊਂਟ ਮਿਲ ਜਾਏਗਾ। ਬਾਕੀ ਇਹਨਾਂ ਤੋਂ ਇਲਾਵਾ ਤੁਸੀਂ ਪਲਾਂਟਰ ਦੇਖ ਸਕਦੇ ਜੇ, ਤੁਹਾਨੂੰ ਗਾਰਡਨ ਸਨੀਡ ਦੇ ਵਿੱਚ ਨਵਾਂ ਡਿਜ਼ਾਈਨ ਆਇਆ ਹੈ ਜੀ ਇਸ ਟਾਈਮ, ਇਹ ਵੀ ਮਿਲ ਜਾਏਗਾ। ਮਟੀਰੀਅਲ ਵੀ ਇਹਦਾ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰੋ, ਚੈੱਕ ਕਰੋ ਕਿਵੇਂ ਦਾ ਮਟੀਰੀਅਲ ਆ, ਕੀ ਰੇਟ ਆ, ਕਿੱਦਾਂ ਅਸੀਂ ਡੀਲ ਕਰਦੇ ਪਏ, ਇੱਕ ਵਾਰੀ ਤੁਸੀਂ ਜ਼ਰੂਰ ਆਓ। ਬਾਕੀ ਸਾਡੇ ਕੋਲ ਸਾਡੇ ਕੋਲ ਸ਼ਾਵਰ ਵੀ ਮਿਲ ਜਾਂਦੇ ਨੇ, ਜਿਵੇਂ 3 liter, 5 liter ਤੇ 10 liter ਦਾ ਵੀ ਮਿਲ ਜਾਂਦਾ ਜੀ। ਕੀ ਪ੍ਰਾਈਸ ਹੁੰਦਾ ਹੈਗਾ ਬਾਈ? ਇਹਨਾਂ ਦੇ ਵਿੱਚ ਜਿਹੜਾ ਸਰ ਪ੍ਰਾਈਜ਼ਿੰਗ ਸਟਾਰਟ ਹੋਏਗੀ 180 ਦੇ ਕਰੀਬ ਇਹਨਾਂ ਦੀ ਸਟਾਰਟਿੰਗ ਹੋਏਗੀ। ਬੜਾ ਵਧੀਆ ਪੋਰਟਸ ਰੱਖਿਆ ਦਾ, ਕੀ ਪ੍ਰਾਈਸ ਹੋਏਗਾ ਇਹਦਾ? ਸਰ ਜਿਹੜਾ ਸਟਾਰਟਿੰਗ ਪ੍ਰਾਈਸ ਆਉਂਦਾ ਜੋ ਲਗਭਗ 840 ਦੇ ਵਿੱਚ ਆਉਂਦਾ ਜੀ। ਮਟੀਰੀਅਲ ਇਹਦਾ ਪਿਓਰ ਫਾਈਬਰ ਹੋਏਗਾ, ਪਲੱਸ ਵਧੀਆ ਹੋਏਗਾ, ਗਾਰਡਨ ਸਨੀਡ ਦਾ ਪਲਾਂਟ ਰਹੇਗਾ। ਇਹਨਾਂ ਤੋਂ ਇਲਾਵਾ ਜਿਹੜਾ ਹੈਗਾ ਜੀ ਤੁਹਾਨੂੰ ਸਾਡੇ ਕੋਲ ਐਪਲ ਪੋਰਟ ਜਿਹੜਾ ਅੱਜ ਕੱਲ੍ਹ ਕਾਫੀ ਚੱਲਦਾ ਪਿਆ, ਫੈਂਸੀ ਵਿੱਚ ਹੈਗਾ ਜੀ, ਕਾਫੀ ਪਾਪੂਲਰ ਹੈਗਾ, ਇਹ 'ਚ ਵੀ ਤੁਹਾਨੂੰ 3 ਸਾਈਜ਼ ਮਿਲ ਜਾਣਗੇ।
ਇਹਨਾਂ ਤੋਂ ਇਲਾਵਾ ਭਾਈ ਤੁਹਾਨੂੰ ਸਾਡੇ ਕੋਲ ਕਿਸ਼ਤੀਆਂ ਵੀ ਮਿਲ ਜਾਣਗੀਆਂ, ਜਿਵੇਂ ਸਾਡੇ ਕਈ ਕਸਟਮਰ ਹੁੰਦੇ ਨੇ ਕਹਿੰਦੇ ਨੇ ਕਿ ਅਸੀਂ ਆਪਣਾ ਬਾਲਕਨੀ ਤੇ ਗਾਰਡਨ ਤਿਆਰ ਕਰਨਾ ਚਾਹੁੰਦੇ ਵੈਜੀਟੇਬਲ ਵਾਸਤੇ, ਉਹ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦੇ, ਅਸੀਂ ਪ੍ਰੋਪਰਲੀ ਉਹਨਾਂ ਨੂੰ ਖਾਦ ਮਿੱਟੀ ਸਾਰਾ ਕੁਝ ਐਡ ਕਰਕੇ ਬਣਾ ਕੇ ਵੀ ਦੇ ਦਈਦਾ ਜੀ ਉਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਆਓ। ਆਪਣਾ ਸਵੇਰ ਦਾ ਟਾਈਮ 8 ਤੋਂ 8 ਵਜੇ ਤੱਕ ਹੁੰਦਾ, 8 ਵਜੇ ਹੋ ਜਾਂਦੀ ਜੀ ਆਪਣੀ, ਬਾਕੀ ਰਾਤ ਨੂੰ ਜਿਹੜਾ ਕਲੋਜ਼ਿੰਗ ਦਾ ਟਾਈਮ ਹੈਗਾ ਜੀ ਉਹ 8-9 ਵਜੇ ਆਪਾਂ ਬੰਦ ਕਰ ਦੇਈਏ, 8-9 ਵਜੇ ਕਲੋਜ਼ ਹੋ ਜਾਂਦਾ, ਹਾਂਜੀ ਵਧਾ ਦੇਈਦਾ ਸ਼ਟਰ। ਹਾਂਜੀ ਠੀਕ ਹੈ ਜੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਫਰੂਟ ਦੇ ਪਲਾਂਟ ਨੂੰ ਦਿਖਾ ਦਿੰਦਾ, ਉਹਦੇ ਵਿੱਚ ਵੀ ਸਾਡੇ ਕੋਲ ਕਾਫੀ ਵੈਰਾਈਟੀਆਂ ਤੁਹਾਨੂੰ ਮਿਲ ਜਾਣਗੀਆਂ। ਕਿਆ ਕਿਆ ਆ ਜਾਣਗੇ ਭਾਈ? ਇਹ ਵਾਲੀਆਂ ਜਿਹੜੀਆਂ ਡੈਕੋਰੇਸ਼ਨਲ ਆਈਟਮਾਂ ਆ ਰਹੀਆਂ, ਡੈਕੋਰੇਸ਼ਨ ਆਈਟਮ ਹੈ। ਹਾਂਜੀ, ਕੋਈ ਇਹਨਾਂ 'ਚ ਹੈਂਗਿੰਗ ਮਿਲ ਜਾਏਗਾ, ਫਲਾਵਰਿੰਗ ਮਿਲ ਜਾਏਗਾ, ਇਨਡੋਰ ਦੀਆਂ ਆਈਟਮਾਂ ਮਿਲ ਜਾਣਗੀਆਂ ਤੁਹਾਨੂੰ। ਇਹਨਾਂ ਤੋਂ ਇਲਾਵਾ ਜਿਵੇਂ ਇਧਰੋਂ ਆਉਂਦੇ ਨੇ ਕਿਹੜੇ ਆਣਗੇ ਪਲਾਂਟਸ? ਇਹਦੇ ਵਿੱਚ ਜਿਹੜਾ ਹੈਗਾ ਜੀ ਆਪਾਂ ਵੈਜੀਟੇਬਲ ਦਾ ਤਿਆਰ ਕਰੀਦਾ, ਵੈਜੀਟੇਬਲ ਦਾ ਜਿਹੜਾ ਸਾਡਾ ਹੈਗਾ ਜੀ ਹੋਲਸੇਲ ਦਾ ਵੀ ਕੰਮ ਹੈਗਾ ਜੀ। ਅੰਮ੍ਰਿਤਸਰ ਦੇ ਵਿੱਚ ਸਾਡੀ ਕਈ ਥਾਵਾਂ ਤੇ ਹੋਲਸੇਲਿੰਗ ਦੀ ਸਪਲਾਈਂਗ ਵੀ ਹੈਗੀ ਜੀ। ਜੇ ਕੋਈ ਦੁਕਾਨਦਾਰ ਵੀ ਆਪਣੀ ਦੁਕਾਨਾਂ ਵਾਸਤੇ ਸਾਡੇ ਕੋਲੋਂ ਸਬਜ਼ੀਆਂ ਖਰੀਦਣਾ ਚਾਹੁੰਦਾ ਹੈ ਤਾਂ ਸਾਨੂੰ ਕਾਲ ਮੈਸੇਜ ਕਰ ਸਕਦਾ ਜੀ। ਸਾਡਾ ਜਿਹੜਾ ਸੀਜ਼ਨ ਹੁੰਦਾ ਜੀ ਵੈਜੀਟੇਬਲ ਦਾ, ਜਿਹੜੇ ਸਾਡੇ ਕਸਟਮਰ ਹੁੰਦੇ ਨੇ ਹੋਲਸੇਲਰ ਸ਼ਹਿਰਾਂ ਦੇ ਵਿੱਚ, ਉਹਨਾਂ ਵਾਸਤੇ ਜਿਹੜਾ ਹੁੰਦਾ ਜੀ ਫਰਵਰੀ ਦੇ ਵਿੱਚ ਇਹਨਾਂ ਦੀ ਸਟਾਰਟਿੰਗ ਹੋ ਜਾਂਦੀ ਜੀ। ਫਰਵਰੀ ਦੇ ਵਿੱਚ ਤੁਸੀਂ ਸਾਨੂੰ ਕਾਲ ਕਰ ਸਕਦੇ ਜੀ, ਆਰਡਰ ਲਿਖਵਾ ਸਕਦੇ ਜੀ, ਜੋ ਵੀ ਪ੍ਰਾਈਜ਼ ਹੋਏਗਾ ਹੋਲਸੇਲ ਦਾ ਅਸੀਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ ਪ੍ਰਾਈਜ਼ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਆਰਡਰ ਜਿਹੜਾ ਦੇਵਾਂਗੇ। ਇਹਨਾਂ ਤੋਂ ਇਲਾਵਾ ਭਾਅ ਜੀ ਤੁਹਾਨੂੰ ਇੱਧਰੋਂ ਸਾਰੀ ਫਰੂਟ ਪਲਾਂਟ ਦੀ ਆਈਟਮ ਮਿਲੇਗੀ, ਜਿਵੇਂ ਮੈਂ ਤੁਹਾਨੂੰ ਇੱਕ ਰਿਪੀਟ ਕਰ ਦਿੰਦਾ, ਚੈਰੀ ਦੇ ਬੂਟੇ ਮਿਲ ਜਾਣਗੇ, ਐਪਲ ਬੇਰ ਮਿਲ ਜਾਏਗੀ, ਥਾਈ ਬੇਰੀ ਵੀ ਮਿਲ ਜਾਏਗੀ, ਇਸ ਤੋਂ ਇਲਾਵਾ ਤੁਹਾਨੂੰ ਜੈਕ ਫਰੂਟ ਮਿਲ ਜਾਏਗਾ, ਕੰਧਾਰੀ ਅਨਾਰ ਮਿਲ ਜਾਏਗਾ ਲਾਲ ਵਾਲਾ ਵਧੀਆ ਬਰੀਡ ਦਾ, ਇਸ ਤੋਂ ਇਲਾਵਾ ਤੁਹਾਨੂੰ ਡੇਜ਼ੀ ਕਿਨੂੰ ਮਿਲ ਜਾਏਗਾ, ਲੀਚੀ ਦੇ ਵੀ ਤੁਹਾਨੂੰ ਫਰੂਟ ਪਿਆ ਹੋਇਆ ਬੂਟਾ ਅਵੇਲੇਬਲ ਹੋ ਜਾਏਗਾ ਇੱਥੇ। ਇਸ ਤੋਂ ਇਲਾਵਾ ਤੁਹਾਨੂੰ ਕਾਗਜ਼ੀ ਨਿੰਬੂ ਦੀ ਕਾਫੀ ਡਿਮਾਂਡ ਹੁੰਦੀ ਜੀ ਗਰਮੀਆਂ ਵਿੱਚ, ਉਹ ਵੀ ਤੁਹਾਨੂੰ ਫਰੂਟ ਪਿਆ ਹੋਇਆ 6 ਮਹੀਨੇ ਤੋਂ ਲੈ ਕੇ ਸਾਲ ਦੇ ਵਿੱਚ ਕਾਗਜ਼ੀ ਨਿੰਬੂ ਤਿਆਰ ਹੋ ਜਾਂਦਾ। ਇਹਨਾਂ ਦੇ ਵਿੱਚ ਸਰ ਜਿਹੜੀ ਪ੍ਰਾਈਜ਼ਿੰਗ ਹੈਗੀ ਜੀ ਉਹ 100 ਤੋਂ ਸਟਾਰਟ ਹੋ ਜਾਂਦੀ ਜੀ, ਬਾਕੀ ਜਿਵੇਂ ਬੂਟਾ ਉੱਚਾ ਵੀ ਤੁਸੀਂ ਲਓਗੇ ਉਸ ਹਿਸਾਬ ਨਾਲ ਉਹਦਾ ਪ੍ਰਾਈਜ਼ ਹੋਏਗਾ। ਨੋਰਮਲ ਸਟਾਰਟਿੰਗ ਜਿਹੜੀ ਹੈਗੀ ਜੀ 100-200-250 ਦੇ ਵਿੱਚ ਰਹਿ ਜਾਂਦੀ ਜੀ, ਬਾਕੀ ਫਿਰ ਜਿਹੜੇ ਵੱਡੇ ਬੂਟੇ ਹੁੰਦੇ ਨੇ ਉਹਨਾਂ ਦੀ ਜਿਹੜੀ ਹਾਂਜੀ ਪ੍ਰਾਈਜ਼ ਫਿਰ ਇਨਕਰੀਜ਼ ਹੋ ਜਾਂਦਾ। ਇਹਨਾਂ ਤੋਂ ਇਲਾਵਾ ਜਿਵੇਂ ਅੱਜ ਕੱਲ੍ਹ ਨਾ ਸਭ ਤੋਂ ਜ਼ਿਆਦਾ ਡਿਮਾਂਡ ਹੈਗਾ ਜੀ ਆਵਾਕਾਡੋ ਦੀ, ਆਵਾਕਾਡੋ ਦੀ ਵੀ ਤੁਹਾਨੂੰ ਸਭ ਤੋਂ ਵਧੀਆ ਜਿਹੜੀ ਬਰੀਡ ਮਿਲ ਜਾਏਗੀ। ਜਿਹੜਾ ਬੂਟੇ ਦੀ ਹਾਈਟ ਹੋਏਗੀ ਉਹ ਲਗਭਗ ਜਾਏਗਾ ਜਾ ਕੇ 5 ਫੁੱਟ ਦੇ ਲਾਗੇ ਬੰਨੇ, 4.5 ਫੁੱਟ ਦਾ ਬੂਟਾ ਇਹ ਤੁਹਾਨੂੰ ਮਿਲ ਜਾਏਗਾ। ਇਹਦੀ ਜਿਹੜੀ ਪ੍ਰਾਈਸਿੰਗ ਹੋਏਗੀ ਉਹ ਤੁਹਾਨੂੰ 500 ਰੁਪਏ ਦੇ ਵਿੱਚ ਮਿਲ ਜਾਏਗੀ। ਹੈ ਕਿਸ ਕੰਮ ਆਉਂਦਾ ਆਵਾਕਾਡੀ ਦਾ ਬੂਟਾ? ਆਵਾਕਾਡੋ ਜਿਹੜਾ ਹੁੰਦਾ ਜੀ ਆਪਣੇ ਇੱਧਰ ਕਾਫੀ ਵਧੀਆ ਡਾਇਟ ਵਾਸਤੇ ਵੀ ਯੂਜ਼ ਹੁੰਦਾ ਜੇ ਫਰੂਟ ਇਹਦਾ, ਪਲੱਸ ਕਾਫੀ ਮਹਿੰਗਾ ਮਿਲਦਾ ਜੇ ਆਮ ਹੀ ਆਪਣੇ ਇੱਥੋਂ ਦਾ ਜੇ ਰੇਟ ਵੇਖੀਏ ਨਾ ਤਾਂ 1200 ਰੁਪਏ 1400 ਰੁਪਏ ਕਿਲੋ ਇਹਦਾ ਫਰੂਟ ਮਿਲਦਾ ਜੇ। ਬਾਕੀ ਪਲਾਂਟ ਜਿਹੜਾ ਹੈਗਾ ਜੀ ਤੁਸੀਂ ਇੱਕ ਵਾਰੀ ਗਰੋ ਕਰੋ ਬਾਕੀ ਉਹ ਫਰੂਟਿੰਗ ਜਿਹੜੀ ਹੈਗੀ ਜੀ ਉਹ ਤੁਹਾਨੂੰ ਮਿਲਦੀ ਰਹੇਗੀ, ਤੁਸੀਂ ਘਰ ਦੇ ਵਿੱਚ ਹੀ ਔਰਗੈਨਿਕ ਫਰੂਟ ਜਿਹੜਾ ਹੈਗਾ ਜੀ ਉਹ ਖਾ ਸਕਦੇ ਜੀ। ਇਹਨਾਂ ਤੋਂ ਇਲਾਵਾ ਤੁਹਾਨੂੰ ਐਪਲ ਦੀ ਵਰਾਇਟੀ ਜਿਹੜੇ ਕਹਿੰਦੇ ਨੇ ਕਸਟਮਰ ਕਿ ਨਹੀਂ ਆਪਣੇ ਇੱਧਰ ਉਹਨਾਂ ਦਾ ਮੌਸਮ ਨਹੀਂ ਹੈਗਾ, ਉਹ ਵੀ ਤੁਹਾਨੂੰ ਸਾਰੇ ਮਿਲ ਜਾਣਗੇ। ਐਪਲ ਦੇ ਵਿੱਚ ਸਾਡੇ ਕੋਲ ਤੁਹਾਨੂੰ ਮਿਲ ਜਾਏਗਾ ਹਰਮਨ 99 ਦੀ ਕੁਆਲਿਟੀ ਡੋਰ ਸੈੱਟ ਮਿਲ ਜਾਏਗੀ, ਹਰਮਨ ਅੰਨਾ ਦੀ ਵਰਾਇਟੀ ਮਿਲ ਜਾਏਗੀ। ਇਹਨਾਂ ਤੋਂ ਇਲਾਵਾ ਇਹ 3 ਕਿਸਮਾਂ ਹੁੰਦੀਆਂ ਜੀ, 3 ਦੀਆਂ 3 ਤੁਹਾਨੂੰ ਮਿਲ ਜਾਣਗੀਆਂ ਐਪਲ ਦੇ ਵਿੱਚ। ਇਹਨਾਂ ਤੋਂ ਇਲਾਵਾ ਸਾਡੇ ਕੋਲ ਤੁਹਾਨੂੰ ਬੱਬੂ ਗੋਸ਼ਾ ਨਾਖਾਂ ਦੇ ਬੂਟੇ 4-4 ਫੁੱਟ 5-5 ਫੁੱਟ ਉੱਚੇ ਮਿਲ ਜਾਣਗੇ। ਇਸ ਤੋਂ ਇਲਾਵਾ ਤੁਹਾਨੂੰ ਅੰਬ ਦੀਆਂ ਕਿਸਮਾਂ ਮਿਲ ਜਾਣਗੀਆਂ, ਜਿਵੇਂ ਆਪਣੇ ਕੋਲ ਦੁਸਹਿਰੀ ਹੋਏਗਾ, ਕੇਸਰ ਮਿਲ ਜਾਏਗਾ, ਅਮਰਪਾਲੀ ਮਿਲ ਜਾਏਗਾ, 12 ਮਾਸੀ ਮਿਲ ਜਾਏਗਾ, ਚੌਸਾ ਮਿਲ ਜਾਏਗਾ। ਫਰੂਟ ਦੇ ਵਿੱਚ ਤੁਹਾਨੂੰ ਲਗਭਗ ਕੋਈ ਵੀ ਵਰਾਇਟੀ ਚਾਹੀਦੀ ਹੋਏਗੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ, ਤੁਹਾਨੂੰ ਸਾਰੀ ਜਿਹੜੀ ਵਰਾਇਟੀ ਹੋਏਗੀ ਫਰੂਟ ਦੀ ਉਹ ਮਿਲ ਜਾਏਗੀ। ਇਹਨਾਂ ਤੋਂ ਇਲਾਵਾ ਤੁਹਾਨੂੰ ਮੈਂ ਇੱਕ ਬੂਟੇ ਨਾਲ ਦੱਸਣ ਜਾ ਰਿਹਾ ਜਿਹੜਾ ਅੱਜ ਕੱਲ੍ਹ ਕਾਫੀ ਪਾਪੂਲਰ ਹੈਗਾ ਜੀ। ਜਿਹੜਾ ਇਹ ਬੂਟਾ ਹੈਗਾ ਜੀ ਇਸਦਾ ਨਾਮ ਐਰਿਕਾ ਪਾਮ ਆਉਂਦਾ ਜੀ। ਸਭ ਤੋਂ ਜ਼ਿਆਦਾ ਜਿਹੜਾ ਆਪਣੇ ਘਰਾਂ ਦੇ ਵਿੱਚ ਲੱਗਦਾ ਜੀ ਇਹਦਾ ਮੇਨ ਕਾਰਨ ਹੈਗਾ ਜੀ, ਇੱਕ ਤਾਂ 24 ਆਵਰਸ ਆਕਸੀਜਨਲ ਸਾਨੂੰ ਆਕਸੀਜਨ ਦਿੰਦਾ ਜੀ, ਪਲੱਸ ਜਿਹੜਾ ਸਾਡਾ ਏਅਰ ਹੁੰਦੀ ਜੀ ਉਹਨੂੰ ਵੀ ਇਹ ਪਿਊਰੀਫਾਈਂਗ
ਪਿਊਰੀਫਾਈ ਕਰਦਾ ਜੀ। ਉਹਦਾ ਕਰਕੇ ਆਹ ਬੂਟਾ ਤੁਸੀਂ ਆਮ ਆਪਣੇ ਘਰਾਂ ਦੇ ਵਿੱਚ ਲਗਾ ਸਕਦੇ ਜੀ। ਸਭ ਤੋਂ ਵਧੀਆ ਇਹਦਾ ਬੈਨੀਫਿਟ ਹੈਗਾ ਜੀ, ਇਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਇੱਕ ਤੇ ਆਕਸੀਜਨ ਮਿਲਦੀ ਰਹੇਗੀ 24 ਘੰਟੇ, ਪਲੱਸ ਜਿਹੜਾ ਸਾਡੇ ਘਰ ਦੇ ਵਿੱਚ ਹਵਾ ਵਗੈਰਾ ਕੋਈ ਬੈਕਟੀਰੀਆਸ ਹੁੰਦੇ ਨੇ ਉਹਨਾਂ ਨੂੰ ਵੀ ਕਲੀਅਰ ਕਰਦਾ ਜੀ। ਕਾਫੀ ਡਿਮਾਂਡ ਦੇ ਵਿੱਚ ਆ ਬੂਟਾ ਹੁੰਦਾ ਜੀ। ਇਹਦੇ ਵਿੱਚ ਤੁਹਾਨੂੰ ਜਿਹੜਾ ਵਧੀਆ ਬੂਟੇ ਦੀ ਸਟਾਰਟਿੰਗ ਜੇ ਉਹ ਮਿਲ ਜਾਏਗੀ 100-150, ਬਾਕੀ ਇਹਦੇ ਵਿੱਚ ਵੀ ਦੋ ਬਰੀਡ ਮਿਲਦੀਆਂ ਨੇ, ਇੱਕ ਚਾਈਨੀਜ਼ ਅਰੀਕਾ ਇੱਕ ਨੋਰਮਲ ਮਿਲਦਾ ਹੈ। ਚਾਈਨੀਜ਼ ਅਰੀਕਾ ਜਿਹੜਾ ਹੋਏਗਾ ਉਹ ਤੁਹਾਨੂੰ ਮਿਲੇਗਾ ਆਪਣਾ ਇੱਦਾਂ ਹੀ ਬੰਚਸ ਦੇ ਨਾਲ, ਆਹ ਚੀਜ਼ ਦਾ ਬੰਚ ਬਣਿਆ ਹੋਏਗਾ। ਪਲੱਸ ਇਹ ਇਨਡੋਰ ਦੇ ਵਿੱਚ ਸਭ ਤੋਂ ਜ਼ਿਆਦਾ ਲੱਗਦਾ ਜੀ। ਮੇਨ ਕਾਰਨ ਇਹਦਾ ਹੋਏਗਾ ਕਿ ਇਹ ਛੋਟੀ ਹਾਈਟ 'ਤੇ ਬੁਸ਼ੀ ਪਲਾਂਟ ਬਣਦਾ ਜੀ ਅਤੇ ਵਧੀਆ ਲੱਗਦਾ ਜੀ, ਡਾਰਕ ਗ੍ਰੀਨ ਕਲਰ ਇਹਦਾ ਕਲਰ ਹੁੰਦਾ ਜੀ। ਬਾਕੀ ਇਹਨਾਂ ਤੋਂ ਇਲਾਵਾ ਜਿਵੇਂ ਬੈਂਬੂ ਪਾਮ ਵੀ ਕਹਿ ਦਿੰਦੇ ਨੇ ਇਸ ਬੂਟੇ ਨੂੰ, ਇਹਨੂੰ ਜਿਹੜਾ ਹੈਗਾ ਜੀ ਅਸੀਂ ਕਿੰਗ ਪਾਮ ਕਹੀਦਾ ਜੀ, ਇਹ ਵੀ ਕਾਫੀ ਪਾਪੂਲਰ ਹੈਗਾ ਜੀ। ਜਿਹੜਾ ਭਾਜੀ ਆਹ ਹੈਗਾ ਜੀ ਮਨੀ ਪਲਾਂਟ ਦੀ ਨਵੀਂ ਕਿਸਮ ਆਉਂਦੀ ਜੀ, ਇਹ ਕਾਫੀ ਚੱਲਦਾ ਪਿਆ ਜੀ ਅੱਜ ਕੱਲ੍ਹ। ਇਹਦੇ ਜਿਹੜੇ ਲੀਵਸ ਹੁੰਦੇ ਨੇ ਉਹ ਇਹਨਾਂ ਦੇ ਲੀਵਸ ਦਾ ਕਰਕੇ ਹੀ ਜ਼ਿਆਦਾ ਡਿਮਾਂਡ 'ਤੇ ਰਹਿੰਦਾ ਜੀ ਮਨੀ ਪਲਾਂਟ। ਹਾਂਜੀ ਮਨੀ ਪਲਾਂਟ ਦੀ ਕਿਸਮ ਹੈਗੀ ਜੀ। ਇਸ ਤੋਂ ਇਲਾਵਾ ਇਹ ਵਾਲਾ ਟਰੈਵਲਰ ਪਾਮ ਹੈਗਾ ਜੀ, ਟ੍ਰਾਇੰਗਲ ਸ਼ੇਪ ਵਾਈਜ਼ ਇਹ ਗਰੋ ਕਰਦਾ ਜੀ, ਪਲੱਸ ਚੌੜੇ ਚੌੜੇ ਪੱਤੇ ਹੁੰਦੇ ਨੇ ਜਿਹੜਾ ਵੇਖਣ 'ਚ ਕਾਫੀ ਸੋਹਣਾ ਲੱਗਦਾ ਜੀ। ਇਹਨਾਂ ਦੀ ਵੀ ਡਿਮਾਂਡ ਜਿਹੜੀ ਹੈਗੀ ਜੀ ਆਪਣਾ ਕੈਫੇ ਵਗੈਰਾ ਹੋਟਲ ਵਗੈਰਾ ਦੇ ਵਿੱਚ ਹੁੰਦਾ ਜੀ। ਜਿਹੜਾ ਕੋਈ ਕਸਟਮਰ ਚਾਹੁੰਦਾ ਜੀ ਵੀ ਉਹਨਾਂ ਨੇ ਆਪਣੇ ਹੋਟਲ ਦੇ ਵਿੱਚ ਜਾਂ ਕਿਤੇ ਆਪਣੇ ਪਲਾਂਟੇਸ਼ਨ ਕਰਵਾਉਣੀ ਹੈ ਉਹ ਵੀ ਸਾਨੂੰ ਮਿਲ ਸਕਦਾ, ਅਸੀਂ ਪਲਾਂਟੇਸ਼ਨ ਵਰਕ ਵੀ ਕਰੀਦਾ ਜੀ। ਇਸ ਤੋਂ ਇਲਾਵਾ ਐਡਰੈਸ ਬੋਲ ਦਿਓ ਤੇ ਆਪਣਾ ਲੋਕੇਸ਼ਨ ਦੱਸ ਦਿਓ ਤੇ ਆਪਣਾ ਫੋਨ ਨੰਬਰ ਦੱਸ ਦਿਓ, ਨਰਸਰੀ ਦਾ ਨਾਮ ਦੱਸ ਦਿਓ। ਹਾਂਜੀ ਤੇ ਆਪਣਾ ਨਾਮ ਦੱਸ ਦਿਓ ਜੀ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਦੁਬਾਰਾ ਦੱਸ ਦਿੰਦਾ ਜੀ, ਸਾਡੀ ਨਰਸਰੀ ਦਾ ਨਾਮ ਜੀਸਨ ਨਰਸਰੀ ਆਏਗਾ, ਮੋਬਾਈਲ ਨੰਬਰ ਆਏਗਾ 7347484826। ਜੇ ਇਹ ਨੰਬਰ ਨਾ ਲੱਗਦਾ ਹੋਵੇ ਤਾਂ ਤੁਸੀਂ 8284881751 ਤੇ ਵੀ ਕਾਲ ਕਰ ਸਕਦੇ ਜੀ। ਬਈ ਗਏ ਕਿਸੇ ਨੇ ਵਿਜਿਟ ਕਰਨਾ ਹੈ ਤੇ ਆਪਣਾ ਐਡਰੈਸ ਦੱਸ ਦਿਓ ਬਈ ਕੀ ਹੋਏਗਾ। ਸਾਡੀ ਨਰਸਰੀ ਦਾ ਐਡਰੈਸ ਜਿਹੜਾ ਹੈਗਾ ਜੀ ਅੰਮ੍ਰਿਤਸਰ ਗੋਲਡਨ ਗੇਟ ਕ੍ਰੋਸ ਕਰਦਿਆਂ ਵਿਦ ਇਨ 1 ਕਿਲੋਮੀਟਰ ਦੇ ਵਿੱਚ ਹੀ ਹਾਈਵੇ 'ਤੇ ਹੀ ਤੁਹਾਨੂੰ ਜਿਹੜੀ ਸਾਡੀ ਨਰਸਰੀ ਜੀ ਉਹ ਮਿਲ ਜਾਏਗੀ। ਜਿਹੜਾ ਸਾਡੀ ਨਰਸਰੀ ਦੀ ਪਛਾਣ ਹੈਗੀ ਜੀ ਵੀ ਸਾਡੇ ਓਪੋਜ਼ਿਟ ਜਿਹੜਾ ਹੈਗਾ ਜੀ ਹੈਵਨ ਸਿਟੀ ਪੈਂਦਾ ਜੀ, ਨੀਅਰ ਸਾਡੇ ਭਗਤ ਪੂਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੈਂਦਾ ਜੀ। ਸਾਡੀ ਨਰਸਰੀ ਤਾਂ ਬਿਲਕੁਲ ਲਾਗੇ ਹੁੰਦੇ ਨੇ, ਇਹ ਜਦੋਂ ਤੁਸੀਂ ਕ੍ਰੋਸ ਕਰੋਗੇ ਨਾਲ ਹੀ ਸਾਡੀ ਨਰਸਰੀ ਆ ਜਾਏਗੀ। ਬਾਕੀ ਬਾਈ ਨਰਸਰੀ ਦਾ ਨਾਮ ਭਾਈ ਜੀਸਨ ਨਰਸਰੀ ਆਏਗਾ। ਜੀਸਨ ਨਰਸਰੀ ਹਾਂਜੀ। ਫੋਨ ਨੰਬਰ ਕੀ ਆਜੂਗਾ ਬਾਈ? ਫੋਨ ਨੰਬਰ ਭਾਈ ਜਿਵੇਂ ਕਈਆਂ ਨੂੰ ਲੋਕੇਸ਼ਨ ਲੱਭਣ ਦੇ ਵਿੱਚ ਜੇ ਕੋਈ ਦਿੱਕਤ ਹੁੰਦੀ ਹੈ ਤਾਂ ਸਾਨੂੰ ਫੋਨ ਕਰ ਸਕਦਾ ਜੀ, ਨੰਬਰ ਤੁਸੀਂ ਆਪਣਾ ਲਿਖ ਲਓ 7347484826। ਇੱਥੇ ਤੁਸੀਂ ਸਾਨੂੰ ਕਾਲ ਕਰਕੇ ਜਿਹੜਾ ਆਰਡਰਿੰਗ ਹੋਏਗਾ ਉਹ ਵੀ ਤੁਹਾਨੂੰ ਤੁਸੀਂ ਘਰ ਬੈਠੇ ਮੰਗਵਾ ਸਕਦੇ ਜੀ। ਬਾਕੀ ਜੇ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਲੋਕੇਸ਼ਨ ਵਾਸਤੇ ਤਾਂ ਉਹ ਵੀ ਸਾਡੀ ਨਰਸਰੀ 'ਤੇ ਵਿਜ਼ਿਟ ਕਰ ਸਕਦੇ ਹੋ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ।